ਸਾਡੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਜਾਨਾਂ ਸੜਕ ਹਾਦਸਿਆਂ ਦੇ ਵਿੱਚ ਜਾਂਦੀਆਂ ਨੇ। ਹਜੇ ਕੱਲ੍ਹ ਹੀ ਆਪਾਂ ਦੇਖਿਆ ਕਿ ਮੁਕਤਸਰ ਸਾਹਿਬ ਦੇ ਵਿੱਚ ਇੱਕ ਬੱਸ ਦਾ ਹਾਦਸਾ ਜਿਹੜਾ ਹੋਇਆ, ਜਿਹਦੇ ਵਿੱਚ ਕਈ ਮਾਸੂਮਾਂ ਦੀਆਂ ਜਾਨਾਂ ਜਿਹੜੀਆਂ ਉਹ ਚਲੀਆਂ ਗਈਆਂ, ਜੋ ਕਿ ਬਹੁਤ ਹੀ ਮੰਦਭਾਗਾ ਹਾਦਸਾ ਸੀ। ਪਰ ਇਹ ਜਿਹੜੇ ਹਾਦਸੇ ਹੁੰਦੇ ਨੇ, ਇਹਨਾਂ ਦੇ ਵਿੱਚ ਕਈ ਵਾਰੀ ਬਹੁਤ ਵੱਡੀਆਂ ਅਣਗਹਿਲੀਆਂ ਕੀਤੀਆਂ ਜਾਂਦੀਆਂ ਨੇ ਸਾਡੇ ਵੱਲੋਂ, ਤਾਂ ਕਰਕੇ ਇਹ ਹਾਦਸੇ ਜਿਹੜੇ ਉਹ ਵਾਪਰਦੇ ਨੇ। ਸਕਰੀਨ ਦੇ ਉੱਤੇ ਜਿਹੜੀ ਤੁਸੀਂ ਆ ਤਸਵੀਰ ਦੇਖ ਰਹੇ ਹੋ, ਵੀਡੀਓ ਦੇਖ ਰਹੇ ਹੋ, ਇਹ ਵੀਡੀਓ ਮੈਨੂੰ ਫੇਸਬੁੱਕ ਤੋਂ ਮਿਲੀ ਆ। ਵੀਡੀਓ ਭਾਵੇਂ ਇੱਕ 2-4 ਦਿਨ ਪੁਰਾਣੀ ਆ, ਪਰ ਇਹ ਵੀਡੀਓ ਮੈਂ ਪਾਈ ਤਾਂ ਮੇਰੇ ਪਾਉਣ ਦਾ ਮਕਸਦ ਇਹ ਆ ਕਿ ਦੇਖੋ ਕਿਸ ਤਰ੍ਹਾਂ ਇਹ ਜਿਹੜੀ ਬੱਚੀ ਆ ਛੋਟੀ ਜਿਹੀ ਇੱਕ, ਉਹਨੂੰ ਇੱਕ ਜਿਹੜਾ ਬੈਟਰੀ ਵਾਲਾ ਰਿਕਸ਼ਾ ਉਹਦੇ ਉੱਪਰ ਬਿਠਾਇਆ ਹੋਇਆ ਵਾ ਅਤੇ ਉਹ ਚੱਲ ਰਿਹਾ ਵਾ। ਕੰਦ ਪੈਸਿਆਂ ਦੀ ਖਾਤਰ, ਕੁਛ 200-400 ਰੁਪਈਏ ਦੀ ਖਾਤਰ ਇਸ ਬੱਚੀ ਦੀ ਜਾਨ ਜਿਹੜੀ ਆ ਉਹ ਦਾਅ ਦੇ ਉੱਤੇ ਲਾਈ ਹੋਈ ਆ। ਰੱਬ ਨਾ ਕਰੇ ਜੇ ਕੋਈ ਹਾਦਸਾ ਵਾਪਰਦਾ ਤਾਂ ਇਹ ਬੱਚੀ ਹੀ ਇਕੱਲੀ ਨਹੀਂ, ਜਿਹਦੇ ਨਾਲ ਇਹਨਾਂ ਦਾ ਕੋਈ ਟਕਰਾਓ ਹੋਊਗਾ ਉਹ ਵੀ ਨਾਲ ਜਿਹੜੇ ਆ ਉਹਨਾਂ ਦਾ ਵੀ ਨੁਕਸਾਨ ਜਿਹੜਾ ਉਹ ਹੋ ਸਕਦਾ। ਅਤੇ ਜਿਹੜੇ ਇਹ ਰਚਕੇ ਆ, ਜਿਹੜੇ ਇਹ ਬੈਟਰੀ ਵਾਲੇ ਰਚਕੇ ਆ, ਆਪਾਂ ਸਾਰਿਆਂ ਨੂੰ ਪਤਾ ਕਿ ਕਿੰਨੇ ਹਲਕੇ ਹੁੰਦੇ ਆ ਇਹ, ਅਤੇ ਥੋੜ੍ਹੀ ਜਿਹੀ ਨਾਲ ਮਾੜੇ ਜਿਹੇ ਨਾਲ ਹੀ ਪਲਟ ਜਾਂਦੇ ਆ। ਕੋਈ ਨਿੱਕਾ ਜਿਹਾ ਟੋਆ ਆਵੇ ਤਾਂ ਉਹਦੇ ਵਿੱਚ ਵੀ ਇਹ ਪਲਟ ਜਾਂਦੇ ਆ, ਅਤੇ ਇਹਦੇ ਉੱਤੇ ਬੱਚੀ ਨੂੰ ਬਿਠਾਇਆ ਹੋਇਆ। ਮੈਂ ਤਾਂ ਹੈਰਾਨ ਹਾਂ ਕਿ ਬੱਚੀ ਦੇ ਜਿਹੜੇ ਪਰਿਵਾਰ ਵਾਲੇ ਆ ਉਹਨਾਂ ਨੇ ਵੀ ਨਹੀਂ ਰੋਕਿਆ ਹੋਊਗਾ ਇਸ ਰਿਸ਼ਕੇ ਵਾਲੇ ਨੂੰ, ਕਿ ਜਾਂ ਉਹ ਬੱਚੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਹੀ ਨਾ ਹੋਊਗਾ। ਚਲੋ ਇਹ ਵੀਡੀਓ ਦੇਖ ਕੇ ਜੇ ਉਹ ਸੁਧਰ ਜਾਣ, ਇਹ ਰਿਸ਼ਕੇ ਵਾਲਾ ਵੀ ਸੁਧਰ ਜਾਵੇ ਅਤੇ ਇਹ ਬੱਚੀ ਦੇ ਪਰਿਵਾਰ ਜਿਹੜੇ ਆ ਉਹ ਵੀ ਇਹਨੂੰ ਸਮਝਾਉਣ ਕਿ ਇਸ ਤਰ੍ਹਾਂ ਨਾ ਕੀਤਾ ਜਾਵੇ, ਬੱਚਿਆਂ ਦੀ ਜਾਨ ਨੂੰ ਜਿਹੜਾ ਵਾ ਉਹ ਦਾਅ ਦੇ ਉੱਤੇ ਨਾ ਲਾਇਆ ਜਾਵੇ। ਤੁਹਾਡੀ ਕੀ ਰਾਏ ਆ ਇਸ ਵੀਡੀਓ ਨੂੰ ਲੈ ਕੇ? ਤੁਸੀਂ ਵੀ ਆਪਣੀ ਰਾਏ ਜਿਹੜੀ ਆ ਉਹ ਕਮੈਂਟ ਕਰਕੇ ਦੱਸਿਓ ਕਿ ਇਸ ਤਰ੍ਹਾਂ ਕਰਨਾ ਸਹੀ ਆ, ਕਿੰਨਾ ਕੁ ਜਾਇਜ਼ ਆ, ਚੰਦ ਪੈਸਿਆਂ ਦੀ ਖਾਤਰ ਬੱਚਿਆਂ ਦੀ ਜਿਹੜੀ ਜਾਨ ਆ ਉਹਨੂੰ ਦਾਅ ਦੇ ਉੱਤੇ ਲਾਉਣਾ ਕਿੰਨਾ ਕੁ ਸਹੀ ਆ? ਤੁਸੀਂ ਵੀ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਭੇਜਿਓ, ਅਤੇ ਤਾਂ ਜੋ ਇਹ ਰਿਸ਼ਕੇ ਵਾਲਾ ਵਾਸ ਹੈ ਇਹ ਵੀ ਸੁਧਰ ਸਕੇ, ਅਤੇ ਹੋਰ ਜਿਹੜੇ ਕੋਈ ਇੱਦਾਂ ਦਾ ਕਰਦੇ ਆ ਉਹਨਾਂ ਨੂੰ ਵੀ ਥੋੜ੍ਹੀ ਜਿਹੜੀ ਆ ਉਹ ਅਕਲ ਆ ਸਕੇ ਕਿ ਇਸ ਤਰ੍ਹਾਂ ਦੇ ਹਾਦਸੇ ਨਾ ਵਾਪਰਨ।